ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਪੰਜਵਾਂ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਅਨਦ ਬਿਨੋਦ ਤਿਤੈ ਕਰ ਸੋਹੇ, ਜੋ ਤਨ ਕੰਤ ਸਿਗਾਰੀ ਜਿਓ। ਸਾ ਗੁਣਵੰਤੀ ਸਾਵੜ ਪਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਰੂਪਵੰਤ ਸਾ ਸੁਗੜ ਬਿਚਖਣ, ਜੋ ਤਨ ਕੰਤ ਪਿਆਰੀ ਜਿਓ। ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ। ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕਹਿ ਰੰਗ ਸਵਾਰੀ ਜਿਓ। ਮਹਿਮਾ ਤਿਸ ਕੀ ਕਹਿਣ ਨ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਸ਼ਬਦ ਨੂੰ 21 ਦਿਨ ਰੋਜ਼ 101 ਵਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਣਾ ਹੈ। ਘਰ ਵਿੱਚ ਸੁੱਖ ਮੰਗਲਾਚਾਰ ਬਣੇ ਰਹਿਣਗੇ, ਪਤੀ ਪਤਨੀ ਦਾ ਪਿਆਰ ਵਧੇਗਾ ਅਤੇ ਲੜਾਈਆਂ ਤੋਂ ਸਾਰਾ ਪਰਿਵਾਰ ਦੂਰ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।